ਬ੍ਰਾਡਰ ਐਡਮਿਨਿਸਟ੍ਰੇਸ਼ਨ ਨੇ ਪ੍ਰਪੋਜ਼ ਕੀਤਾ ਵੀ ਕੈਲੀਫੋਰਨੀਆ ਦੇ ਉੱਲੂ ਬਚਾਉਣ ਵਾਸਤੇ ਸਾਨੂੰ ਬਾਹਰਲੇ ਉੱਲੂ ਮਾਰਨੇ ਪੈਣਗੇ ਇਹ ਬਾਹਰਲੇ ਉੱੱਲੂ ਕੈਲੀਫੋਰਨੀਆ ਚ ਬਣ ਆ ਕੇ ਉੱਲੂ ਨਹੀਂ ਬਣ ਸਕਦੇ ਜੀ ਹਾਂਜੀ ਬ੍ਰਾਡਰ ਸਾਹਿਬ ਐਡਮਿਨਿਸਟ੍ਰੇਸ਼ਨ ਨੇ ਪ੍ਰਪੋਜ਼ ਕਰ ਦਿੱਤਾ ਹੈ ਕਿ ਕੈਲੀਫੋਰਨੀਆ ਦੇ ਜਿਹੜੇ ਨੇਟਿਵ ਉੱਲੂ ਆ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਬਾਹਰੋਂ ਉੱਲੂ ਆਏ ਹੋਏ ਆ ਉਹਨਾਂ ਨੂੰ ਮਾਰਨਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਮਾਰਨਾ ਹੈ ਇਨਵੇਸਿਵ ਆਉਲਸ ਨੂੰ ਤੇ ਇਹ ਜਿਹੜੀ ਗਿਣਤੀ ਆ ਬ੍ਰਾਡਰ ਸਾਹਿਬ ਇਹ 5 ਲੱਖ ਦੇ ਨੇੜੇ ਤੇੜੇ ਦੀ ਦੱਸੀ ਜਾ ਰਹੀ ਹੈ ਇੱਥੇ ਮਾਮਲਾ ਹੈਗਾ ਨੈਟਿਵ ਆਲਸ ਵਰਸਸ ਇਨਵੇਸਿਵ ਆਲਸ ਦਾ ਸੋ ਦਰਅਸਲ ਫੈਡਸ ਦਾ ਪ੍ਰਪੋਜ਼ ਇਹ ਸੀਗਾ ਕਿ ਕੈਲੀਫੋਰਨੀਆ ਦੇ ਜਿਹੜੇ ਆਪਣੇ ਉਲੂ ਆ ਜਾਂ ਓਰੇਗਨ ਦੇ ਆ ਤੇ ਜਾਂ ਜਿਹੜੇ ਵਿਸ਼ਿੰਗਟਨ ਦੇ ਆ ਇਹ ਨੀਅਰਲੀ ਵੱਡੀ ਗਿਣਤੀ ਦੇ ਵਿੱਚ ਡਿਸ ਅਪੀਅਰ ਹੁੰਦੇ ਜਾ ਰਹੇ ਆ ਇਹਨਾਂ ਨੂੰ ਕਹਿ ਰਿਹਾ ਇਨਡੇਂਜਰਡ ਸਬਸਪੀਸੀਜ਼ ਉਹਦੇ ਚੱਕਰ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਇਨਵੇਸਿਵ ਉਲੂ ਆ 4,70,000 ਪਲੱਸ 5 ਲੱਖ ਦੇ ਨੇੜੇ ਤੇਰੇ ਦੀ ਇਹ ਗਿਣਤੀ ਆ ਉਹਨਾਂ ਨੂੰ ਅਗਲੇ 30 ਸਾਲਾਂ ਦੇ ਵਿੱਚ ਮਾਰਨਾ ਹੌਲੀ-ਹੌਲੀ ਮਾਰਨਾ ਇੱਕੋ ਦਮ ਨਹੀਂ ਮਾਰਨਾ ਤੇ ਮਾਰਨ ਦੇ ਲਈ ਸ਼ਾਰਟ ਗਨਸ ਦਾ ਯੂਜ਼ ਕਰਨਾ ਤਾਂ ਕਿ ਇਹ ਜਿਹੜੇ ਬਾਡ ਆਉਲ ਆ ਬਾਡ ਇੱਕ ਸਪੀਸ਼ੀਅਸ ਆ ਉਹ ਜਿਹੜੇ ਆਉਲ ਆ ਉਹਨਾਂ ਨੂੰ ਕੱਟ ਕੀਤਾ ਜਾ ਸਕੇ ਤੇ ਜਿਹੜੇ ਨੇਟਿਵ ਨਦਰਨ ਸਪੌਟਡ ਆਉਲ ਆ ਤੇ ਕੈਲੀਫੋਰਨੀਆ ਸਪੌਟਡ ਆਉਲ ਆ ਇਹ ਜਿਹੜੀਆਂ ਐਂਡੇਂਜਰਡ ਸਬਸਪੀਸ਼ੀਅਸ ਆ ਇਹਨਾਂ ਨੂੰ ਬਚਾਇਆ ਜਾ ਸਕੇ ਜਿਹੜਾ ਇਹਨਾਂ ਸਪੀਸ਼ੀਅਸ ਦੇ ਵਿੱਚ ਹੈਬੀਟੈਟ ਕੰਪੀਟੀਸ਼ਨ ਚੱਲਦਾ ਪਿਆ ਉਹਨੂੰ ਐਲੀਮੀਨੇਟ ਕੀਤਾ ਜਾ ਸਕੇ ਇਹ ਤਾਂ ਚਲੋ ਇਹਨਾਂ ਦਾ ਡਿਸੀਜਨ ਹੋ ਗਿਆ ਪਰ ਇਹਦੇ ਵਿੱਚ ਹੁਣ 75 ਵਾਈਲਡ ਲਾਈਫ ਆਰਗੇਨਾਈਜੇਸ਼ਨਸ ਨੇ ਇੱਕ ਲੈਟਰ ਭੇਜਿਆ ਇੰਟੀਰੀਅਰ ਸੈਕਟਰੀ ਡੈਬ ਹਾਲੈਂਡ ਨੂੰ ਉਹਨਾਂ ਨੂੰ ਕਿਹਾ ਕਿ ਇਹ ਪਲਾਨ ਤੁਸੀਂ ਆਪਣਾ ਅਬੈਂਡਨਡ ਕਰ ਦਿਓ ਉਹ ਬੜੇ ਸਖਤ ਨਾਰਾਜ਼ ਨੇ ਉਲੂਆਂ ਨੂੰ ਇਸ ਤਰੀਕੇ ਨਾਲ ਮਾਰਨ ਤੋਂ ਉਹਨਾਂ ਨੇ ਜਿਹੜਾ ਲੈਟਰ ਜਾਰੀ ਕੀਤਾ ਉਹਦੇ ਵਿੱਚ ਕਿਹਾ ਕਿ ਪਲਾਨ ਤੁਹਾਡਾ ਮਾੜਾ ਇਹਦੇ ਨਾਲ ਵਾਈਲਡ ਲਾਈਫ ਆ ਜਿਹੜਾ ਵੱਡੇ ਪੱਧਰ ਤੇ ਡਿਸਰਪਟ ਹੋਣਾ ਤੇ ਉਹ ਕਹਿੰਦੇ ਕਿ ਸਿਰਫ ਇਹ ਹੀ ਨਹੀਂਗਾ ਮਿਸਟੇਕਨ ਆਈਡੈਂਟੀਟੀ ਕਰਕੇ ਜਿਹੜੇ ਇਥੋਂ ਦੇ ਨੇਟਿਵ ਆਉਲ ਉਹ ਵੀ ਮਾਰੇ ਜਾ ਸਕਦੇ ਆ ਜਿਹੜਾ ਪਲਾਨ ਹੈਗਾ ਬਰਡਸਰਵ ਫੈਟਸ ਦਾ ਉਹ ਇਹ ਹੈਗਾ ਕਿ ਪਹਿਲੀ ਡੈਕੇਡ ਦੇ ਵਿੱਚ ਹਰੇਕ ਸਾਲ 13400 ਉੱਲੂ ਮਾਰੇ ਜਾਣਗੇ ਸੈਕੰਡ ਡੈਕੇਡ ਦੇ ਵਿੱਚ ਹਰੇਕ ਸਾਲ 16300 ਉੱਲੂ ਮਾਰੇ ਜਾਣਗੇ ਤੀਜੀ ਡੈਕੇਡ ਦੇ ਵਿੱਚ ਤਕਰੀਬਨ 175000 ਆਲਸ ਆ ਜਿਹੜੇ ਜਿਹੜੇ ਬਾਹਰੋਂ ਆਉਂਦੇ ਨੇ ਜਿਹੜੇ ਇਨਵੇਸਿਵ ਨੇ ਜਿਹੜੇ ਈਸਟਰਨ ਏਰੀਆਸ ਤੋਂ ਆਏ ਨੇ ਉਹਨਾਂ ਨੂੰ ਮਾਰਿਆ ਜਾਊਗਾ ਅਥਾਰਟिटीज ਨੇ ਇਹ ਵੀ ਕਿਹਾ ਕਿ ਇਹ ਜਿਹੜੀ ਗਿਣਤੀ ਆ ਚਾਹੇ ਉਹ 5 ਲੱਖ ਆ ਪਰ ਸਾਰੀ ਜਿਹੜੀ ਬਾਡ ਆਉਲ ਦੀ ਗਿਣਤੀ ਦਾ 1% ਤੋਂ ਵੀ ਘੱਟ ਬੰਦਾ ਇਸ ਕਰਕੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਜਿੰਨਾ ਮਰਜੀ ਹੋ ਐਨੀਮਲ ਲਵਰ ਹੋਵੇ ਜਿੰਨਾ ਮਰਜੀ ਐਨੀਮਲਸ ਦੇ ਪੱਖ ਦੀ ਕੋਈ ਆਰਗੇਨਾਈਜੇਸ਼ਨ ਰਨ ਕਰਦਾ ਹੋਵੇ 1% ਤੋਂ ਵੀ ਘੱਟ ਦੀ ਪੋਪੂਲੇਸ਼ਨ ਤੇ ਇੰਪੈਕਟ ਪੈਣਾ ਇਸ ਕਰਕੇ ਉਹਨਾਂ ਤੇ ਵੱਡਾ ਅਸਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਐਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀਆਂ ਅਨਡੇਂਜਰਡ ਸਬਸਪੀਸੀਜ਼ ਆ ਉਹਨਾਂ ਨੂੰ ਬਚਾਉਣ ਦੇ ਲਈ ਦੇਖੋ ਜੀ ਜਿਵੇਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਦੇ ਉੱਲੂ ਬਚਾਉਣ ਖਾਤਰ ਬਾਹਰਲੇ ਉੱਲੂ ਮਾਰ ਰਹੇ ਆ ਸੋ ਫਿਰ ਇਹ ਕਿੰਨਾ ਕੁ ਜਾਇਜ਼ ਹੈਗਾ ਵੀ ਜੇ ਉਹਨਾਂ ਦੀ ਜਨਸੰਖਿਆ ਚਲੋ ਵਧ ਗਈ ਉਹ ਬੰਦੇ ਵਧ ਮਤਲਬ ਉਹ ਉੱਲੂ ਵਧ ਗਏ ਉਹਨਾਂ ਨੂੰ ਮਾਰਨਾ ਕਿੰਨਾ ਕੁ ਜਾਇਜ਼ ਹੈ ਜਾਂ ਤਾਂ ਛੱਡ ਛੁੱਡ ਕੇ ਕਿਤੇ ਆ ਸਕਦੇ ਆ ਵੀ ਕਿਤੇ ਹੋਰ ਛੱਡ ਕੇ ਆ ਸਕਣ ਬਰਡਸਅਪੀ ਦੇਖੋ ਇਸ ਤਰ੍ਹਾਂ ਕਈ ਥਾਵਾਂ ਤੇ ਹੁੰਦਾ ਇੱਕ ਵਾਰੀ ਨਹੀਂ ਹੁੰਦਾ ਜਦੋਂ ਕੋਈ ਸਪੀਸੀਜ਼ ਜਾਂ ਸਬਸਪੀਸੀਜ਼ ਐਂਡੇਂਜਰਡ ਹੋ ਜੂਵੇ ਉਹਨਾਂ ਦੀ ਖਤਮ ਖੋਨ ਦੀ ਕਗਾਰ ਨੇੜੇ ਆ ਜਾਵੇ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਜਾਣ ਤਾਂ ਉਹਨਾਂ ਨੂੰ ਬਚਾਉਣ ਲਈ ਜਿਹੜੇ ਜ਼ਰੂਰੀ ਸਟੈਪ ਆ ਉਹ ਲਏ ਜਾਂਦੇ ਆ ਜਿਹੜੇ ਵਾਈਲਡ ਨਾਈਫਸ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਹੈਗੀਆਂ ਜਾਂ ਜਿਹੜੀਆਂ ਅਥਾਰਟिटीज ਆ ਉਹਨਾਂ ਨੂੰ ਇਹ ਕਦਮ ਪੁੱਟਣੇ ਪੈਂਦੇ ਆ ਜਿਹੜੀ ਗੱਲ ਤੁਸੀਂ ਕਹੀ ਕਿ ਕਿਤੇ ਛੱਡ ਕੇ ਆਉਣਾ ਇੰਨੀ ਵੱਡੀ ਗਿਣਤੀ ਦੇ ਵਿੱਚ ਫੜਨੇ ਵੀ ਔਖੇ ਆ ਉਹਨਾਂ ਨੂੰ ਛੱਡ ਕੇ ਆਉਣਗੇ ਫਿਰ ਇਹ ਨਹੀਂ ਪਤਾ ਉੱਥੇ ਪੱਕੇ ਰਹਿਣ ਕਿਉਂਕਿ ਤਕਰੀਬਨ ਪਿਛਲੇ 50 ਸਾਲ ਤੋਂ ਇਹ ਜਿਹੜੇ ਬਾਡ ਆਉਲ ਆ ਉਹਨਾਂ ਦੀ ਆਮਦ ਇਧਰਲੇ ਏਰੀਆਜ਼ ਵੱਲ ਵਧੀ ਆ ਸੋ ਹੋਰ ਕੋਈ ਵੀ ਜਿਹੜਾ ਛੱਡ ਕੇ ਆਉਂਦਾ ਜਾਂ ਕੋਈ ਹੋਰ ਅਲਟਰਨੇਟ ਪਲਾਨ ਹੋ ਡਿਫਿਕਲਟ ਲੱਗਦਾ ਜਿਹੜਾ ਮਾਰਨ ਵਾਲਾ ਪਲਾਨ ਉਹ ਇਹਨਾਂ ਨੂੰ ਕਾਫੀ ਹੱਦ ਤੱਕ ਈਜ਼ੀ ਲੱਗਦਾ ਪਰ ਇਹਦੇ ਵਿੱਚ ਵੀ ਕਈ ਇਹਦੇ ਵਿੱਚ ਕਾਮੀਆਂ ਪੇਸ਼ੀਆਂ ਖਾਮੀਆਂ ਲੱਭੀਆਂ ਨੇ ਉਹ ਇਹ ਕਿ ਮੰਨ ਲਓ ਜੇ ਪਹਿਲੀ ਡੈਕੇਡ ਦੇ ਵਿੱਚ ਹਰ ਇੱਕ ਸਾਲ 13400 ਆਲ ਮਾਰੇ ਜਾਂਦੇ ਆ ਉਹਨਾਂ ਇੱਕ ਤਾਂ ਦੁਬਾਰਾ ਰੀਪਰੋਡਿਊਸ ਹੋ ਜਾਣਗੇ ਰਿਪ੍ਰੋਡਕਸ਼ਨ ਕਰ ਲੈਣਗੇ ਕਿਉਂਕਿ ਵੱਡੀ ਗਿਣਤੀ ਹੈਗੀ ਹੈ ਸੋ ਕਈ ਸਾਰੇ ਲੋਕ ਇੱਥੇ ਕਈ ਸਾਰੇ ਇਤਰਾਜ਼ ਜਿਤਾ ਰਹੇ ਆ ਇਹ ਵੀ ਪੋਸੀਬਲ ਆ ਕਿ ਇਹ ਪਲਾਨ ਇੱਥੇ ਪਹਿਲਾਂ ਜਿਹੜਾ ਇਨੇਕਟ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ ਕੋਰਟ ਦੇ ਵਿੱਚ ਚਲਿਆ ਜਾਵੇ ਤੇ ਇਹ ਜਿਹੜਾ ਇਹਨਾਂ ਦਾ ਸੋਚਣ ਵਾਲਾ ਪਰਪਸ ਕੀਤਾ ਹੋਇਆ ਉਹ ਧਰਿਆ ਧਰਿਆ ਰਹਿ ਜਾਵੇ